ਬੀਤੇ ਕੱਲ੍ਹ ਖਨੌਰੀ ਬਾਰਡਰ 'ਤੇ ਮਾਹੌਲ ਕਾਫੀ ਤਣਾਅਪੂਰਨ ਰਿਹਾ ਅਤੇ ਹਰਿਆਣੇ ਵਾਲੇ ਪਾਸਿਓਂ ਗੋਲੀ ਚੱਲਣ ਕਾਰਨ ਪੰਜਾਬ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਜ਼ਖਮੀ ਵੀ ਹੋਏ ਅਤੇ ਹੁਣ ਭਾਨਾ ਸਿੱਧੂ ਨੇ ਹੋਈ ਸਾਰੀ ਘਟਨਾ ਬਾਰੇ ਲਾਈਵ ਖੁਲਾਸਾ ਕੀਤਾ ਹੈ। ਨਾਲ ਹੀ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਕਹਿੰਦੇ ਸਨ ਕਿ ਭਾਨਾ ਸਿੱਧੂ ਹੁਣੀ ਉਸ ਟਾਈਮ ਕਿੱਥੇ ਸਨ। ਅੱਜ ਦੀ ਘਟਨਾ ਇਹ ਸੀਗੀ ਵੀਰੋ, ਸਾਡੇ ਨੌਜਵਾਨ ਜਿਹੜੇ ਸਾਡੇ ਲੋਕ ਸੀ ਬੜੇ ਸ਼ਾਂਤਮਈ ਬੈਠੇ ਸੀਗੇ। ਸਭ ਤੋਂ ਪਹਿਲੀ ਗੱਲ ਆ ਕਿ ਇਹ ਸਰਕਾਰ ਨੇ ਇਸ ਜਿਹੜਾ ਇਹਨਾਂ ਨੇ ਨੌਜਵਾਨਾਂ ਨੂੰ ਆਪ ਭੜਕਾਇਆ, ਬਹੁਤ ਜ਼ਿਆਦਾ ਗਲਤ ਇਸ਼ਾਰੇ ਕਰੀ ਜਾਂਦੇ ਸੀਗੇ। ਫਿਰ ਦੂਜੀ ਗੱਲ, ਜਿੰਨੇ ਵੀ ਸਾਡੇ ਲੋਕ ਸੀਗੇ ਧਰਨੇ ਦੇ ਵਿੱਚ, ਸਿਵਲ ਦੇ ਵਿੱਚ ਇਹਨਾਂ ਦੇ ਵਰਦੀ ਨਹੀਂ ਸੀ ਪਾਈ ਹੋਈ, ਇਹਨਾਂ ਦੇ ਆਪਣੇ ਲੋਕ ਆ ਕੇ ਉੱਧਰੋਂ ਰੋੜੇ ਮਾਰ ਰਹੇ ਸੀਗੇ। ਸਾਡੇ ਨੌਜਵਾਨਾਂ ਦੀ, ਸਾਡੇ ਲੋਕਾਂ ਦੀ ਕੋਈ ਗਲਤੀ ਨਹੀਂ, ਸਾਰੀ ਸਾਰੀ ਇਹਨਾਂ ਨੇ ਆਪ ਨੌਜਵਾਨਾਂ ਨੂੰ, ਲੋਕਾਂ ਨੂੰ ਭੜਕਾਇਆ। ਜੋ ਅੱਜ ਜਿਹੜੀ ਸਾਡੇ ਦੋ ਭਰਾਵਾਂ ਦੀ, ਪਤਾ ਨਹੀਂ ਮੈਨੂੰ ਤਾਂ ਹਾਲ ਤੱਕ ਦੋ ਦਾ ਪਤਾ ਲੱਗਿਆ ਅਜੇ ਮੋਰਚੇ ਦੇ ਵਿੱਚੋਂ ਆ ਕੇ, ਕਿ ਦੋ ਭਰਾਵਾਂ ਸਾਡੇ ਅੱਜ ਸ਼ਹੀਦੀ ਪਾ ਗਏ, ਉਹਦਾ ਬਹੁਤ ਜ਼ਿਆਦਾ ਦੁੱਖ ਆ। ਇਹ ਸਾਰਾ ਕੁਛ ਇਹਨਾਂ ਨੇ ਆਪ ਕਰਿਆ। ਅਗਲੀ ਗੱਲ ਬਾਈ, ਜਿਹੜੇ ਅੱਜ ਇਹ ਸਾਰੇ ਹਾਲਾਤ ਬਣੇ ਨੇਗੇ, ਇਹਦੇ ਵਿੱਚ ਪੰਜਾਬ ਸਰਕਾਰ ਦਾ ਪੂਰਾ ਪੂਰਾ ਹੱਥ ਹੈ। ਗੱਲ ਜਿਹੜੀ ਕਰਨ ਵਾਲੀ ਆ, ਅਸੀਂ ਆਪ ਦੇ ਵਿੱਚ ਲੜੀ ਜਾਂਦੇ ਹਾਂ, ਅਸੀਂ ਕਹਿੰਦੇ ਸਾਡੇ ਆਗੂ ਮਾੜੇ ਨੇਗੇ। ਪੰਜਾਬ ਦੇ ਲੋਕੋਂ, ਮੇਰੀ ਦਿਲ ਦੀ ਗੱਲ ਅੱਜ ਤੁਸੀਂ ਧਿਆਨ ਨਾਲ ਸੁਣ ਲੈਣੀ, ਅਸੀਂ ਆਪਣੇ ਜਿਹੜੇ ਲੜਨ ਵਾਲੇ ਲੋਕ ਹਾਂ, ਸਰਕਾਰਾਂ ਨਾਲ ਲੜਨ ਵਾਲੇ ਲੋਕ ਹਾਂ, ਅਸੀਂ ਆਫਤ ਦੇ ਵਿੱਚ ਹੀ ਲੜੀ ਜਾਂਦੇ ਹਾਂ, ਆਪਣੇ ਆਗੂਆਂ ਨੂੰ ਮਾੜਾ ਕਹੀ ਜਾਂਦੇ ਹਾਂ ਯਾਰ। ਸਾਡਾ ਅਸਲ ਦੇ ਵਿੱਚ ਦੁਸ਼ਮਣ ਕੌਣ ਆ? ਅਸੀਂ ਆਪਣੇ ਦੁਸ਼ਮਣ ਨੂੰ ਨਹੀਂ ਪਹਿਚਾਣ ਸਕੇ। ਰਾਜ ਕਰਨ ਵਾਲੇ ਲੋਕ ਨੇ, ਸਾਡੇ ਅਸਲ ਦੇ ਵਿੱਚ ਦੁਸ਼ਮਣ ਸਾਡੇ ਇਹ ਨੇਗੇ ਵੀਰੋ ਮੇਰੇ, ਉਹ ਅਸੀਂ ਆਪਣਾ ਦੁਸ਼ਮਣ ਪਹਿਚਾਣੀਏ। ਅਸੀਂ ਜਿਹੜੇ ਲੋਕ ਸਰਕਾਰਾਂ ਦੇ ਵਿਰੁੱਧ ਲੜਦੇ, ਆਪਣੇ ਹੱਕਾਂ ਪ੍ਰਤੀ ਲੜਦੇ, ਅਸੀਂ ਆਪ 'ਚ ਲੜੀ ਜਾਂਦੇ। ਹੁਣ ਫਰਜ਼ ਕਰੋ, ਅੱਜ ਜੇ ਪੰਜਾਬ ਸਰਕਾਰ ਚਾਹੁੰਦੀ, ਜੋ ਅੱਜ ਹਾਲਾਤ ਇੱਥੇ ਅੱਜ ਹੋਏ ਨੇਗੇ, ਇਹ ਕਿੰਨੇ ਦਿਨਾਂ ਦਾ ਨੁਕਸਾਨ ਹੋ ਰਿਹਾ? ਕੋਈ ਅੱਜ ਦਾ ਨੁਕਸਾਨ ਹੋ ਰਿਹਾ? 250-300 ਮੁੰਡਾ ਪਹਿਲਾਂ ਫੱਟੜ ਹੋ ਗਿਆ। ਕੋਈ ਸੈਸ਼ਨ ਬੁਲਾਉਂਦੇ, ਬੁਲਾ ਕੇ ਉੱਥੇ ਸਾਰੀਆਂ ਜਿਹੜੇ ਧਿਰਾਂ ਨੇ ਬੈਠ ਕੇ ਵਿਚਾਰ ਚਰਚਾ ਕਰਦੀਆਂ, ਜਾ ਕੇ ਕਹਿੰਦੀਆਂ ਉੱਥੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਉਂਦੀਆਂ ਕਿ ਇਹੋ ਜਿਹੇ ਹਾਲਾਤ ਕਿਉਂ ਹੋ ਰਹੇ ਨੇਗੇ? ਕੋਈ ਬੋਲਿਆ? ਅੰਦਰ ਸਾਰੇ ਮਿਲੇ ਹੋਏ ਨੇਗੇ, ਜਿੰਨੇ ਵੀ ਇਹ ਰਾਜਕਰਤਾ ਸ਼੍ਰੇਣੀ ਨੇ, ਜਿੰਨੇ ਵੀ ਪੰਜਾਬ ਦੇ ਲੀਡਰ ਨੇ। ਇਕੱਲੀ ਸਾਡੀ ਦੁਸ਼ਮਣ ਸੈਂਟਰ ਸਰਕਾਰ ਨਹੀਂ ਹੈਗੀ, ਪੰਜਾਬ ਵਾਲੇ ਸਾਡੇ ਇੱਦੂ ਵੱਡੇ ਦੁਸ਼ਮਣ ਨੇਗੇ। ਮੈਂ ਕਹਿਣਾ ਵੀ ਜਿੰਨੇ ਵੀ ਸਾਡੇ, ਚਲੋ ਸਾਡਾ ਜਿਹੜਾ ਇਹ ਧਰਨਾ, ਇਹ ਨੌਨ ਪੋਲੀਟੀਕਲ ਆ, ਇਹਦੇ ਰਾਜਨੀਤਿਕ ਬੰਦੇ ਨੂੰ ਅਸੀਂ ਨਹੀਂ ਵੜਨ ਦਿੰਦੇ, ਪਰ ਕੀ ਰਾਜਨੀਤਿਕ ਬੰਦਿਆਂ ਦਾ ਫਰਜ਼ ਨਹੀਂ ਬਣਦਾ ਕਿ ਮੈਂ ਇਕੱਲੇ 92 MLA ਦੀ ਗੱਲ ਨਹੀਂ ਕਰਦਾ, 117 ਦੇ 17 MLA ਦੀ ਗੱਲ ਕਰਦਾ, 13 MPਆਂ ਦੀ ਗੱਲ ਕਰਦਾ, 7 ਰਾਜ ਸਭਾ ਮੈਂਬਰਾਂ ਦੀ ਗੱਲ ਕਰਦਾ। ਅੱਜ ਕੀ ਸਾਡੇ ਪ੍ਰਸ਼ਾਸਨ ਜਿਹੜਾ ਉੱਥੇ ਪਿੱਛੇ ਖੜਾ ਸੀਗਾ? ਜੇ ਕਿਤੇ ਪ੍ਰਸ਼ਾਸਨ ਜਿਹੜੀਆਂ ਸਾਡੇ, ਜਦੋਂ ਕਿਸਾਨ ਸਾਡੇ ਨੌਜਵਾਨਾਂ ਦੇ ਉੱਪਰ ਗੋਲੀਆਂ ਇਹਨਾਂ ਨੇ ਲਿਆ ਕੇ ਸਾਡੀਆਂ ਟਰਾਲੀਆਂ ਦੇ ਉੱਪਰ ਇਹਨਾਂ ਦੇ ਅਟੈਕ ਕੀਤਾ, ਕੀ ਪ੍ਰਸ਼ਾਸਨ ਅੱਗੇ ਗਿਆ? ਜਾ ਕੇ ਪ੍ਰਸ਼ਾਸਨ ਨੇ ਗੱਲ ਕੀਤੀ? ਕੀ DC ਨੇ ਜਾ ਕੇ ਅੱਗੇ ਗੱਲ ਕੀਤੀ ਵੀ ਤੁਸੀਂ ਇਹ ਕੀ ਕਰ ਰਹੇ ਹੋ, ਇਹੋ ਜਿਹਾ ਕੁਛ ਸਾਡੇ ਉੱਪਰ ਸਾਬਤ ਕਿਉਂ ਕਰ ਰਹੇ ਹੋ? ਵਿੱਚ ਸਿਵਲ ਦੇ ਵਿੱਚ ਇਹਨਾਂ ਦੇ ਬੰਦੇ ਫਿਰਦੇ ਸੀਗੇ, ਇਹਨਾਂ ਦੇ ਬੰਦੇ ਨੂੰ ਪੁੱਛਗਿੱਛ ਕੀਤੀ ਗਈ ਕਿਸੇ ਨੇ? ਇਹ ਕਿਉਂ ਨਹੀਂ ਕੀਤੀ ਗਈ? ਇੱਥੋਂ ਪਤਾ ਲੱਗਦਾ ਕਿ ਸਰਕਾਰਾਂ ਸਾਰੀਆਂ ਵਿੱਚੋਂ ਅੰਦਰੋਂ ਸਾਰੇ ਮਿਲੇ ਹੋਏ ਨੇਗੇ, ਇਹ ਤੁਹਾਡੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ, ਆਪਣੀਆਂ ਕੁਰਸੀਆਂ ਦਾ ਡਰ ਇਹਨਾਂ ਨੂੰ ਤੇ। ਪਰ ਅੱਜ ਕੋਈ ਵੀ ਕਿਸੇ ਵੀ, ਮੈਂ ਗੱਲ ਪਹਿਲਾਂ ਸਾਫ਼ ਕਲੀਅਰ ਕਰ ਦਿੰਦਾ, ਕਿਸੇ ਵੀ ਨੌਜਵਾਨ ਦੀ ਅੱਜ ਕੋਈ ਗਲਤੀ ਨਹੀਂ ਹੈਗੀ ਸਾਡੇ ਪੰਜਾਬ ਦੀ। ਗਲਤੀ ਸਭ ਤੋਂ ਪਹਿਲਾਂ ਇਹਨਾਂ ਨੇ ਕਰੀ ਆ, ਇਹਨਾਂ ਨੇ ਵਿੱਚ ਆ ਕੇ ਰੋੜੇ ਮਾਰਨੇ ਸ਼ੁਰੂ ਕਰੇ ਨੇ, ਇਹਨਾਂ ਦੇ ਬੰਦੇ ਸੀਗੇ। ਕਿਸੇ ਨੌਜਵਾਨ ਨੇ ਕੋਈ ਗਲਤੀ ਨਹੀਂ ਕਰੀ। 12 ਬੋਰ, ਤੁਸੀਂ ਇੱਕ ਚੀਜ਼ ਮੈਨੂੰ ਨਾ ਬੜੀ ਵਧੀਆ ਇੱਕ ਗੱਲ ਦੱਸੀ, ਸਾਡਾ ਮੌੜ ਸਾਹਿਬ ਮੂਹਰੇ ਬੈਠੇ ਨੇਗੇ, ਕਹਿੰਦਾ ਜਦੋਂ ਵੀ ਇਹਨਾਂ ਨੇ ਕੋਈ ਬੰਦਾ ਮਾਰਨਾ, ਇਹ ਜਿਹੜਾ ਸਰਕਾਰੀ ਹਥਿਆਰਾਂ ਨਾਲ ਨਹੀਂ ਮਾਰਦੇ, ਇਹਨਾਂ ਨੇ 12 ਬੋਰ ਜਿਹੜੇ ਪ੍ਰਾਈਵੇਟ ਅਸਲੇ ਹੁੰਦੇ ਨੇਗੇ, ਸਰਕਾਰੀ ਹਥਿਆਰਾਂ ਨਾਲ ਮਾਰਦੇ, ਪ੍ਰਾਈਵੇਟ ਹਥਿਆਰ ਲਿਆ ਕੇ ਇਹਨਾਂ ਨੇ ਵਿੱਚ ਜਿਹੜੇ ਵਰਤੇ ਨੇਗੇ, ਉੱਥੇ ਲਿਆ ਲਿਆ 12 ਬੋਰਾਂ ਦੇ। ਆ ਤੁਸੀਂ ਵੀਡੀਓ ਵਾਇਰਲ ਹੁੰਦੀ ਹੈ, ਦੇਖੀ ਨੇ 12 ਬੋਰ ਦੇ ਲਿਆ ਕੇ ਫਾਇਰ ਮਾਰੇ ਨੇਗੇ, ਆਪਣਾ 32 ਬੋਰ ਦੇ ਲਿਆ ਲਿਆ ਇਹਨਾਂ ਨੇ ਫਾਇਰ ਮਾਰੇ ਨੇਗੇ, ਇਹਨਾਂ ਨੇ ਪੂਰਾ ਅੰਨਾ ਤਸ਼ੱਦਦ ਢਾਇਆ। ਅਗਲੀ ਗੱਲ ਮੈਂ ਜਿਹੜੀ ਤੁਹਾਨੂੰ ਕਹਿਣਾ ਚਾਹੁੰਦਾ ਨਾ, ਮੈਂ ਥੱਲੇ ਨਾ ਕਮੈਂਟ ਪੜ੍ਹੇ, ਭਰਾਵਾਂ ਦੇ ਕਮੈਂਟ ਪੜ੍ਹੇ ਨਾ, ਉਹ ਕਮੈਂਟ ਪੜ੍ਹ ਕੇ ਕਿ ਤੁਸੀਂ ਕਿੱਥੇ ਸੀਗੇ। ਆਹ ਮੈਂ ਤੁਹਾਨੂੰ ਸਾਰੀਆਂ ਵੀਡੀਓ ਦਿਖਾ ਦਿੰਦਾ ਮੈਂ ਕਿੱਥੇ ਸੀਗਾ, ਸਾਡੇ ਫੋਨ ਦੇ ਵਿੱਚ ਨੇਗੀਆਂ। ਆਹ ਸਾਰਾ ਦਾ ਦਿਨ
ਮੈਂ ਆਪਣਾ 13 ਤਰੀਕ ਨੂੰ ਜੇਲ੍ਹ ਤੋਂ ਬਾਹਰ ਆਇਆ, 14 ਤਰੀਕ ਨੂੰ ਮੈਂ ਹਸਪਤਾਲ ਦੇ ਵਿੱਚ ਸੀਗਾ, 15 ਤੋਂ ਲੈ ਕੇ ਜਿੰਨੇ ਦਿਨ ਰੈਗੂਲਰ ਕਿਤੇ ਮੈਂ ਸੰਭੂ 'ਤੇ ਹੁੰਦਾ, ਕਦੇ ਮੈਂ ਹੁੰਦਾ ਖਨੌਰੀ 'ਤੇ। ਇਹ ਗੱਲ ਧਿਆਨ ਨਾਲ ਸੁਣ ਲਿਓ ਵੀਰੋ, ਆਹ ਕਮੈਂਟ ਕਰਨ ਵਾਲੇ ਜਿੰਨੇ ਵੀ ਕਮੈਂਟ ਕਰੀ ਜਾਂਦੇ ਨੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ। ਅਲੱਗ ਅਲੱਗ ਤੁਸੀਂ ਪਾਰਟੀਆਂ ਨਾਲ ਧਿਰਾਂ ਨਾਲ ਸੰਬੰਧਿਤ ਰੱਖਦੇ ਹੋ, ਪਰ ਇੱਕ ਚੀਜ਼ ਦਿਮਾਗ ਦੇ ਵਿੱਚ ਧਿਆਨ ਦੇ ਵਿੱਚ ਬਿਠਾ ਲਿਓ, ਭਾਨੇ ਦੇ ਕੋਈ ਅੱਜ ਦਾ ਕਿਸਾਨੀ ਦਾ ਝੰਡਾ ਹੱਥ 'ਚ ਨਹੀਂ ਹੈਗਾ। ਸਾਡੇ ਕਿੰਨੇ ਟਾਈਮ ਦਾ ਕਿਸਾਨੀ ਮਜ਼ਦੂਰੀ ਦੀ ਗੱਲ ਕਰਦੇ ਆਉਂਦੇ ਹਾਂ। ਪਿਛਲੇ ਸਾਲ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ, ਮੈਂ ਗਿਣਵੇਂ ਚੁਣਵੇਂ ਵਾਰ ਘਰੇ ਆਇਆ। ਆਹੀ ਜਿਹੜਾ ਖਨੌਰੀ ਵਾਲਾ ਬਾਰਡਰ ਸੀਗਾ, ਪਿਛਲੇ ਵਾਰ ਮੈਂ ਜਿਵੇਂ ਇਸ ਵਾਰੀ ਟਰਾਲੀਆਂ ਦੇ ਪਿੱਛੇ ਬੈਠਾ ਸੀਗਾ ਜਾਂ ਇੱਥੇ ਲੋਕਾਂ ਦੇ ਵਿੱਚ ਬੈਠਾ ਸੀਗਾ, ਪਿਛਲੀ ਵਾਰ ਨੌਜਵਾਨ ਕਹਿੰਦੇ ਚੱਲ ਵੀ ਭਾਨੇ ਆਪਾਂ ਬਾਰਡਰ ਖੋਲ੍ਹੀਏ। ਪਿਛਲੀ ਵਾਰ ਉਹ ਬਾਰਡਰ ਦੇ ਵਿੱਚ ਖੋਲ੍ਹਿਆ ਨੌਜਵਾਨਾਂ ਨੇ ਸੀ, ਪਰਮਾਤਮਾ ਦੀ ਕਿਰਪਾ ਸੀਗੀ ਉਹਦੇ ਵਿੱਚ। ਚਲੋ ਮੈਨੂੰ ਮੇਰੇ ਆਗੂ ਮੇਰੇ ਨਾਲ ਗੁੱਸੇ ਹੋ ਗਏ ਵੀ ਤੂੰ ਖਨੌਡਰ ਤੂੰ ਬਾਰਡਰ ਕਿਉਂ ਤੜਵਾਇਆ, ਪਹਿਲਾਂ ਜਾ ਕੇ ਤੇਰੇ ਨੂੰ ਨੌਜਵਾਨ ਪਿਆਰ ਕਰਦੇ ਨੇ ਤਾਂ ਤੜਵਾਇਆ, ਹੈ ਨਾ। ਪਿਛਲੀ ਵਾਰ ਤੁਹਾਨੂੰ ਸਭ ਨੇ ਵੀਡੀਓ ਸਾਰੀਆਂ ਦੇਖੀਆਂ ਸੀਗੀਆਂ। ਇਸ ਕਰਕੇ ਆ ਜਿਹੜੀ ਕਿੰਤੂ ਪਰੰਤੂ ਕਰਨ ਵਾਲੀ ਗੱਲ ਆ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਸੀ, ਹੁਣ ਰਾਤ ਨੂੰ ਵੀ ਆਪਣੇ ਲੋਕਾਂ ਦੇ ਵਿੱਚ ਹੀ ਹੁੰਦਾ। ਘਰੇ ਬੈਠ ਕੇ ਕਮੈਂਟ ਕਰਨੇ ਬੜੇ ਸੌਖੇ ਨੇ। ਅਗਲੀ ਗੱਲ ਹੁਣ ਕੀ ਆ ਬਾਈ, ਹੁਣ ਜੇ ਨੌਜਵਾਨ ਇੰਨਾ ਜ਼ਿਆਦਾ ਪਿਆਰ ਕਰਦੇ ਨੇ, ਮੈਂ ਸਾਡੇ ਆਗੂ ਸਾਹਿਬਾਨਾਂ ਨੂੰ ਮੈਂ ਪੁੱਛਿਆ, ਕਿਉਂਕਿ ਜ਼ਿਲ੍ਹਾ ਪ੍ਰਧਾਨ ਸੀ ਉੱਥੇ ਗਵਾਹੀ ਅੱਜ ਕਰ ਰਹੇ, ਜਿਹੜੇ ਦੂਜੇ ਵੱਡੇ ਆਗੂ ਸੀਗੇ ਉਹ ਤੁਹਾਨੂੰ ਪਤਾ ਕਿ ਅੱਜ ਮੀਟਿੰਗ ਦੇ ਵਿੱਚ ਸੀਗੇ। ਹੁਣ ਉਹਨਾਂ ਨੂੰ ਮੈਂ ਪੁੱਛਿਆ ਕਿ ਬਾਪੂ ਮੈਂ ਅੱਗੇ ਜਾ ਕੇ ਨੌਜਵਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾਇ ਖੜਾ? ਉਹ ਕਹਿੰਦੇ ਨਹੀਂ, ਤੂੰ ਜਿੰਨੇ ਵੀ ਨੌਜਵਾਨਾਂ ਨੂੰ ਟਿਕਾ ਬਿਠਾ, ਤੁਹਾਨੂੰ ਪਤਾ ਵੀ ਅੱਜ ਜਿਹੜੇ 2 ਨੌਜਵਾਨਾਂ ਦੀ ਮੌਤ ਹੋ ਗਈ। ਤੁਸੀਂ ਇੱਕ ਚੀਜ਼ ਦੇਖੋ, ਜਿਹੜਾ ਕਮੈਂਟ ਕਰਨ ਵਾਲੇ ਲੋਕ ਪਤਾ ਨਹੀਂ ਕਿਉਂ ਇਸ ਮਿੰਟਾਂ ਦੇ ਵਿੱਚ ਇਹ ਗੱਲਾਂ ਭੁੱਲ ਜਾਂਦੇ ਨੇ। ਮੈਂ ਕਿਤੇ ਸਰਕਾਰ ਤੋਂ ਕਿਤੇ ਦਬਣ ਝੁਕਣ ਵਾਲਾ ਬੰਦਾ ਹੈਗਾ ਯਾਰ? ਤੁਹਾਡੇ ਸਾਹਮਣੇ ਹਜੇ ਵੀ ਮੇਰਾ ਪੂਰਾ ਤੋਂ ਪੂਰਨ ਤੌਰ 'ਤੇ ਸਰੀਰ ਠੀਕ ਨਹੀਂ ਹੈਗਾ। ਘਰੇ ਬੈਠੇ ਤੁਸੀਂ ਕਮੈਂਟ ਕਰੀ ਜਾਂਦੇ ਹੋ, ਮੈਂ ਰੋਜ਼ ਦੀ ਰੋਜ਼ ਮੇਰੀ ਧਰਨੇ ਦੇ ਵਿੱਚ ਹਾਜ਼ਰੀ ਹੈ, ਰਾਤ ਨੂੰ ਵੀ, ਦਿਨੇ ਵੀ। ਹੁਣ ਤੁਹਾਨੂੰ ਪਤਾ ਵੀ ਨੌਜਵਾਨ ਕਿੰਨਾ ਜ਼ਿਆਦਾ ਪਿਆਰ ਕਰਦੇ ਨੇਗੇ, ਹਜ਼ਾਰ ਹਜ਼ਾਰ ਆ ਕੇ ਨੌਜਵਾਨ ਕੋਲੇ ਖੜ ਜਾਂਦਾ। ਹੁਣ ਉਸ ਹਿਸਾਬ ਦੇ ਨਾਲ ਜੋ ਪਰਮਾਤਮਾ ਨੇ ਤੁਸੀਂ ਭਰਾਵਾਂ ਨੇ ਨੌਜਵਾਨਾਂ ਨੇ ਪਿਆਰ ਬਖਸ਼ਿਆ, ਉਸ ਹਿਸਾਬ ਨਾਲ ਦੇਖ ਕੇ ਵੀ ਚੱਲਣਾ ਪੈਂਦਾ। ਕਿਸੇ ਭਰਾ ਦੇ ਅੱਜ 2 ਜਾਣਾ ਚਲੇ ਗਏ, ਅਸੀਂ ਉਹਦਾ ਘਾਟਾ ਪੂਰਾ ਨਹੀਂ ਕਰ ਸਕਦੇ। ਜੇ ਮੈਂ ਮਾੜਾ ਜਿਹਾ ਮੂਹਰੇ ਹੋ ਜਾਂਦਾ, ਮੈਨੂੰ ਇਕੱਲੇ ਨੂੰ ਕੁਛ ਵੀ ਹੋ ਜੇ, ਮੈਂ ਜੇਲ੍ਹ ਕੱਟਾਇਆ, ਮੈਂ ਪਹਿਲਾਂ ਜੇਲ੍ਹ ਕੱਟਾਇਆ, ਮੈਂ ਥਾਣੇ ਜੇਲ੍ਹਾਂ 'ਚ, ਤੁਹਾਨੂੰ ਪਤਾ ਮੈਂ ਖੱਜਲ ਖਵਾਰ ਹੋਇਆ, ਮੈਨੂੰ ਉਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ। ਪਰ ਜੇ ਮੇਰੀ ਗਵਾਹੀ ਕਰਕੇ ਕਿਸੇ ਭਰਾ ਦੇ ਸੱਟ ਵੱਜਦੀ ਤਾਂ ਕਿੰਨਾ ਨੁਕਸਾਨ ਹੋਣਾ ਸੀ ਬਾਈ? ਆਹ ਦੇਖੋ ਤੁਹਾਡਾ ਭਰਾ ਮੂੰਹ ਬੰਨ ਕੇ ਨਾ ਉਹਦੇ ਵਿੱਚ ਕਿਵੇਂ ਖੜਾ ਰਿਹਾ, ਮੂੰਹ ਬੰਨ ਕੇ ਅਸੀਂ ਗੋਲਿਆਂ ਦੇ ਵਿੱਚ ਖੜੇ ਰਹੇ, ਆਹ ਸਾਰੀਆਂ ਵੀਡੀਓ ਨੇ ਅੱਜ ਦੀਆਂ, ਅਸੀਂ ਆਹ ਉੱਥੇ ਖੜੇ ਰਹੇ ਹਾਂ ਇਹ ਸਾਰੇ, ਮੈਂ ਮੂੰਹ ਬੰਨ ਕੇ ਆਪਦੇ ਆਹ ਸਾਰੀਆਂ ਵੀਡੀਓ ਨੇ ਅੱਜ ਦੀਆਂ। ਮੈਂ ਤਾਂ ਅਪਲੋਡ ਜਾਣ ਕੇ ਨਹੀਂ ਕਰਦਾ, ਸਾਡੇ ਸਾਰੇ ਮੇਰੇ ਨੌਜਵਾਨ ਸਾਰੇ ਭਰਾ ਸੀ ਇੱਥੇ ਵਿੱਚ ਖੜੇ ਰਹੇ ਹਾਂ ਅਸੀਂ। ਇਸ ਕਰਕੇ ਯਾਰ ਜੇ ਕੋਈ ਮੈਂ ਕੋਈ ਮਾੜੀ ਜਿਹੀ ਕੁਝ ਨੌਜਵਾਨਾਂ ਨੂੰ ਇਹ ਗੱਲ ਕਹਿ ਦਿੰਦਾ ਤਾਂ ਕੀ ਹੋਣਾ ਸੀ? ਉੱਥੇ ਲਿਆ ਲਿਆ 12 ਬੋਰਾਂ ਦੇ, ਆਹ ਤੁਸੀਂ ਵੀਡੀਓ ਵਾਇਰਲ ਹੁੰਦੀ ਦੇਖੇ ਨੇ, 12 ਬੋਰ ਦੇ ਲਿਆ ਕੇ ਫਾਇਰ ਮਾਰੇ ਨੇਗੇ, ਆਪਣਾ 32 ਬੋਰ ਦੇ ਲਿਆ ਲਿਆ ਇਹਨਾਂ ਨੇ ਫਾਇਰ ਮਾਰੇ ਨੇਗੇ। ਇਹਨਾਂ ਨੇ ਪੂਰਾ ਅੰਨਾ ਤਸ਼ੱਦਦ ਢਾਇਆ, ਅੰਨਾ ਪੂਰਾ ਤਸ਼ੱਦਦ ਢਾਇਆ, ਜਿਵੇਂ ਅਸੀਂ ਕੋਈ ਅੱਤਵਾਦੀ ਹੁੰਦੇ ਹਾਂ, ਕੋਈ ਇਹ ਹੁੰਦੇ ਹਾਂ। ਇਹਨਾਂ ਨੇ ਪੂਰਾ ਜਿਹੜਾ ਇਸ ਗੱਲ 'ਤੇ ਚੁੱਪ, ਪੰਜਾਬ ਸਰਕਾਰ ਨਾ ਧਾਰੇ, ਪੰਜਾਬ ਸਰਕਾਰ ਨੂੰ ਖੁੱਲ੍ਹ ਕੇ ਸੈਸ਼ਨ ਬੁਲਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰੇ ਅਤੇ ਉੱਥੇ ਜਾ ਕੇ ਪ੍ਰੋਟੈਸਟ ਕਰੋ। ਤੁਸੀਂ ਇੱਕ ਗੱਲ ਮੈਂ ਲਾਸਟ 'ਤੇ ਕਹਿਣਾ ਚਾਹੁੰਦਾ ਵੀ ਤੁਸੀਂ ਇੱਕੋ ਗੱਲ ਕਰਦੇ ਹੁੰਦੇ ਹੋ, ਤੁਸੀਂ ਕਿਤੇ ਜਾ ਕੇ ਆਪਣੇ ਭਾਜਪਾ ਲਈ ਜਾ ਕੇ ਕਿਤੇ ਆਪਣੇ ਮਨੀਸ਼ ਸੋਦੀਆ ਲਈ ਜਾ ਕੇ ਧਰਨਾ ਲਾਉਂਦੇ ਹੋ, ਕਿਤੇ ਆਪਣਾ ਸੰਜੇ ਸਿੰਘ ਲਈ ਜਾ ਕੇ ਧਰਨਾ ਲਾਉਂਦੇ ਹੋ। ਅੱਜ ਧਰਨਾ ਸਾਡੇ ਕਿਸਾਨਾਂ ਲਈ ਵੀ ਜਾ ਕੇ ਲਾ ਲਓ, ਜਿੰਨੇ ਵੀ ਜਿੱਤੇ ਹੋਏ MLA ਹੋ, ਜਿੰਨੇ ਵੀ ਮਿਨਿਸਟਰ ਹੋ, ਮੁੱਖ ਮੰਤਰੀ, ਸਾਡੇ ਕਿਸਾਨਾਂ ਲਈ ਵੀ ਜਾ ਕੇ ਧਰਨਾ ਲਾ ਲਏ ਦਿੱਲੀ ਦੇ ਵਿੱਚ, ਸਾਡੇ ਕਿਸਾਨਾਂ ਦੇ ਤਸ਼ੱਦਦ ਤੁਸੀਂ ਕਿਉਂ ਕਰ ਰਹੇ ਹੋ? ਇੰਨੇ ਕੁ ਮੈਂ ਤੁਹਾਡੇ ਨਾਲ ਬੇਨਤੀਆਂ ਸੀਗੀਆਂ, ਸਾਰਿਆਂ ਨੇ ਉਮਜੀ ਕਰੂ ਲੜਨਾ, ਰੋਜ਼ ਮੈਂ ਤੁਹਾਨੂੰ ਕਿਤੇ ਸੰਭੂ 'ਤੇ ਮਿਲੂ, ਕਦੇ ਤੁਹਾਨੂੰ ਖਨੌਲੀ 'ਤੇ ਮਿਲੂ, ਆਪਾਂ ਨੇ ਸਾਰਿਆਂ ਨੇ ਹੀ ਸਿਰ ਜੋੜ ਕੇ ਆਪਾਂ ਲੜਾਈ ਜਿੱਤਾਂਗੇ ਅਤੇ ਇੰਨੀਆਂ ਗੱਲਾਂ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਾਈ ਧੰਨਵਾਦ। ਅੱਜ ਬਹੁਤ ਦਿਲ ਦੁਖੀ ਹੈ, ਆਗੂਆਂ ਤੋਂ ਆਪਾਂ ਜਿਹੜਾ ਬਾਹਰ ਨਹੀਂ ਹੋਣਾ ਬਾਈ ਬਣ ਕੇ, ਆਪਾਂ ਸਾਰਿਆਂ ਨਾਲ ਜਿਵੇਂ ਵੀ, ਕਿਉਂਕਿ ਜਿਹੜੀਆਂ ਲੜਾਈਆਂ ਨੇਗੀਆਂ ਉਹਨਾਂ ਲੜਾਈਆਂ ਦੇ ਮੂਹਰੇ ਤੁਸੀਂ ਦੇਖਿਆ, ਆਪਾਂ ਫਿਲਮਾਂ ਵੀ ਦੇਖਦੇ ਹਾਂ ਨਾ, ਜਦੋਂ 2 ਇਹ ਲੜਾਈਆਂ ਹੁੰਦੀਆਂ ਨੇਗੀਆਂ, ਜਰਨਲਾਂ ਤੋਂ ਬਿਨਾਂ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ।
ਤੇ ਜਿਹੜੇ ਵੀ ਜਰਨੈਲ ਹੋਣਗੇ ਜਿਹੜੇ ਟੇਬਲ ਤੇ ਵੀ ਗੱਲ ਚੱਲ ਰਹੀ ਹੈ ਉਧਰ ਸਾਡਾ ਇੱਧਰ ਵੀ ਪੂਰਾ ਪ੍ਰੈਸ਼ਰ ਅਸੀਂ ਬਣਾਇਆ ਹੋਇਆ ਪੂਰਾ ਫੁੱਲ ਪ੍ਰੈਸ਼ਰ ਬਣਾਇਆ ਹੋਇਆ ਪੂਰੀ ਦੁਨੀਆ ਦੇਖ ਰਹੀ ਹੈ ਜਿਹੜਾ ਸਾਡਾ ਪ੍ਰੈਸ਼ਰ ਇਹ ਬਣਿਆ ਹੋਇਆ ਇਹ ਪ੍ਰੈਸ਼ਰ ਐਵੇਂ ਜਿਕਰੂ ਹੀ ਆਪਾਂ ਬਣਾ ਕੇ ਰੱਖਣਾ ਤੇ ਹੁਣ ਜਿਹੜੇ ਸਾਰੇ ਹੀ ਕੱਲ੍ਹ ਤੋਂ ਹੋਰ ਜਥੇਬੰਦੀਆਂ ਨੇ ਵੀ ਕਾਲਾਂ ਦਿੱਤੀਆਂ ਕੱਲ੍ਹ ਨੂੰ ਪੰਜਾਬ ਬੰਦ ਕਰਾਂਗੇ ਅਸੀਂ ਜੋ ਕੁਛ ਹੋ ਸਕਿਆ ਜਿੰਨਾ ਅੰਦੋਲਨ ਇਹ ਵੱਡਾ ਹੋ ਜਾਂਦਾ ਇਹ ਸਾਰਿਆਂ ਨੂੰ ਬੇਨਤੀਆਂ ਨੇਗੀਆਂ ਤੇ ਆਪਾਂ ਆਗੂਆਂ ਦੀ ਅਗਵਾਈ ਦੇ ਵਿੱਚ ਰਹਿ ਕੇ ਆਪਾਂ ਜਿਹੜਾ ਬਹੁਤ ਕੁਛ ਲੈ ਕੇ ਆਵਾਂਗੇ ਵੀਰ ਬਣ ਕੇ ਬਹੁਤ ਬਹੁਤ